ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਭਾਗ ਦੂਜਾ ਤੇ ਇਹਦਾ ਲੈਸਨ ਨੰਬਰ ਲਾਵਾਂਗੇ 3 ਸ਼ਬਦ ਕੋਸ਼ ਤੇ ਬੇਟਾ ਇਹਦੇ ਵਿੱਚ ਇਸ ਲੈਸਨ ਨੂੰ ਸਮਝਣ ਲਈ ਸਭ ਤੋਂ ਪਹਿਲੀ ਜ਼ਰੂਰੀ ਗੱਲ ਇਹ ਹੈ ਕਿ ਤੁਹਾਨੂੰ 35 ਅਖਰੀ ਭਾਵ ਕੇ ਊੜੇ ਤੋਂ ਲੈ ਕੇ ਐੜੇ ਤੱਕ ਸਾਰਾ ਵਰਗ ਜਿਹੜਾ ਤੁਹਾਨੂੰ ਰਟਿਆ ਹੋਣਾ ਚਾਹੀਦਾ ਜਿ세 ਕਿ ਊੜੇ ਵਰਗ ਦੇ ਵਿੱਚ ਕਿਹੜੇ ਆਖਰ ਆਉਂਦੇ ਨੇ ਊੜਾ ਐੜਾ ਈੜੀ ਸਸਾਹਾ ਹਾ ਠੀਕ ਹੈ ਤੇ ਕੱਕੇ ਵਿੱਚ ਕਿਹੜੇ ਆਉਂਦੇ ਨੇ ਚਚਾ ਟੈਂਕਾ ਠਠਾ ਤੱਤਾ ਤੇ ਪਪਾ ਦਈਏ ਇਹਦੇ ਸਾਰੇ ਵਰਗ ਵਿੱਚ ਕਿਹੜੇ ਆਉਂਦੇ ਨੇ ਕਹਿਣ ਦਾ ਮਤਲਬ ਹੈ ਕਿ ਤੁਹਾਨੂੰ ਊੜੇ ਤੋਂ ਲੈ ਕੇ ਰਾੜੇ ਤੱਕ ਜਿਹੜਾ ਯਾਦ ਹੋਣਾ ਚਾਹੀਦਾ ਤੇ ਦੂਜੀ ਬਹੁਤ ਹੀ ਜ਼ਰੂਰੀ ਗੱਲ ਇਹ ਹੈ ਕਿ ਤੁਹਾਨੂੰ ਲਗਾ ਮਾਤਰਾ ਯਾਦ ਹੋਣੀਆਂ ਚਾਹੀਦੀਆਂ ਪਹਿਲਾਂ ਕੰਨਾ ਆਂਦਾ ਸਭ ਤੋਂ ਪਹਿਲਾਂ ਉਹ ਵਰਡ ਆਂਦਾ ਜਿਹੜਾ ਮੁਕਤਾ ਹੁੰਦਾ ਨਾ ਕੰਨਾ ਬਿਹਾਰੀ ਸ਼ਿਆਰੀ ਕੁਛ ਨਹੀਂ ਲੱਗਿਆ ਹੁੰਦਾ ਉਹਨੂੰ ਕਹਿੰਦੇ ਨੇ ਮੁਕਤਾ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਤੁਸੀਂ ਹੀ ਕਰ ਲੋ ਕਿ ਕਸਰਤ ਕਕਾ ਸਸਾ ਰਾਰਾ ਤਤਾ ਕੁਛ ਨਹੀਂ ਲਿਖਿਆ ਨਾ ਸਿਹਾਰੀ ਨਾ ਬਿਹਾਰੀ ਨਾ ਕੰਨਾ ਨਾ ਅਦਕ ਠੀਕ ਹੈ ਇਹ ਤੁਹਾਡੀਆਂ ਹੈਗੀਆਂ ਕੰਨਾ ਸਿਹਾਰੀ ਬਿਹਾਰੀ ਔਂਕਰ ਦੁਲੰਕਰ ਲਾ ਦੁਲਾ ਹੋੜਕ ਨੋਰਾ ਠੀਕ ਹੈ ਇਹ ਹੈਗੀਆਂ ਮਾਤਰਾਵਾਂ ਠੀਕ ਹੈ ਅੱਗੇ ਹੈਗਾ ਬਿੰਦੀ ਟਿੱਪੀ ਤੇ ਅਗਧਕ ਤੇ ਬੇਟਾ ਇਹ ਮਾਤਰਾ ਜਿਹੜੀ ਇਹਨਾਂ ਦੇ ਨਾਲ ਲੱਗ ਕੇ ਆਉਂਦੇ ਜਿਸਾ ਕਿ ਜਿਸਾ ਨਾਮ ਲਿਖਣਾ ਹੈ ਨੰਨੇ ਕੰਨਾ ਨਾ ਇਹ ਹੋ ਗਿਆ ਨਾ ਜਿੰਨਾ ਚਾਹ ਕਹੀਂ ਬਿੰਦੀ ਨਹੀਂ ਪਾਉਂਦੇ ਨੰਨੇ ਕੰਨਾ ਉੱਤੇ ਬਿੰਦੀ ਇਹਦਾ ਮਤਲਬ ਹੈ ਕਿ ਨਾਮ ਬਣਿਆ ਠੀਕ ਹੈ ਇਸ ਕਰਕੇ ਜਿਹੜਾ ਬਿੰਦੀ ਹੈ ਟਿੱਪੀ ਉਹ ਵੀ ਤੁਸੀਂ ਧਿਆਨ ਵਿੱਚ ਰੱਖਣਾ ਹੈ ਕਿ ਪਹਿਲਾਂ ਬਿੰਦੀ ਆਂਦੀ ਹੈ ਤੇ ਫੇਰ ਟਿੱਪੀ ਤੇ ਫੇਰ ਅਧਕ ਠੀਕ ਹੈ ਬੇਟਾ ਤੇ ਹੁਣ ਅਹੀ ਐਕਸਰਸਾਈਜ਼ ਜਿਹੜੀ ਤੁਸੀਂ ਕਿਹਾ ਸੀ ਮੈਨੂੰ ਕਿ ਮੈਡਮ ਸੋਲਵ ਕਰਵਾ ਦਿਓ ਸਮਝਾ ਦਿਓ ਉਹ ਅਸੀਂ ਸ਼ੁਰੂ ਕਰ ਲੈਨੇ ਆ ਤੇ ਬੜ ਬੜ ਧਿਆਨ ਨਾਲ ਸੁਣਣਾ ਇਹਨੂੰ ਠੀਕ ਹੈ ਇਹ ਸਿਰਫ ਕਨਫਿਊਜ਼ਨ ਪੈਦਾ ਕਰਨ ਵਾਲੇ ਨੇ ਤੇ ਇਹ ਤੁਹਾਨੂੰ ਆਣੇ ਨੇ ਐ 6 ਠੀਕ ਹੈ 6 ਵਰਡ ਦਿੱਤੇ ਹੋਣਗੇ ਜਿਹੜੇ ਕਿ ਤਿੰਨ ਨੰਬਰਾਂ ਦੇ ਕਹਿੰਦੇ ਭਾ ਕਿ ਇੱਕ ਵਰਡ ਜਿਹੜਾ ਸਾਨੂੰ ਹੋਏਗਾ ਅੱਧੇ ਨੰਬਰ ਦਾ ਤੇ ਇਗਜ਼ਾਮ ਵਿੱਚ 6 ਨੰਬਰਾਂ ਦੇ ਆਣੇ ਨੇ ਠੀਕ ਹੈ ਬੇਟਾ ਇਸ ਕਰਕੇ ਧਿਆਨ ਨਾਲ ਕਿਉਂਕਿ ਤਿੰਨ ਨੰਬਰ ਸੌਰੀ ਐਗਜ਼ਾਮ ਵਿੱਚ ਜਿਹੜੇ 6 ਵਰਡ ਆਣਗੇ 3 ਨੰਬਰਾਂ ਦੇ ਆਣਗੇ ਅੱਧੇ-ਅੱਧੇ ਠੀਕ ਹੈ ਤੇ 3 ਨੰਬਰ ਬਹੁਤ ਮਾਇਨੇ ਰੱਖਦੇ ਨੇ ਬੱਚੇ ਠੀਕ ਹੈ ਆਪਣੀ ਪੋਜੀਸ਼ਨ ਜਿਹੜੀ ਹੈ ਫਰਸਟ ਡਿਵੀਜ਼ਨ ਵਿੱਚ ਬਹੁਤ ਮਾਇਨੇ ਰੱਖਦੇ ਨੇ ਤੇਰੇ ਨਾਂ ਪਰ ਠੀਕ ਹੈ ਤੇ ਇਹਨੂੰ ਬਸ ਸਮਝਣ ਦੀ ਲੋੜ ਹੈ ਧਿਆਨ ਨਾਲ ਸੁਣਨ ਦੀ ਲੋੜ ਹੈ ਹੁਣ ਵੇਖੋ ਬੇਟਾ ਅਹੀਂ ਵੇਖਿਆ ਕਿ ਉਦਾਸੀ ਉੱਤਰ ਹੰਕਾਰ ਈੜੀ ਇਹ ਮਤਲਬ ਇਕੜ ਦੁੱਕੜ ਤੇ ਅਕਣਾ ਤੇ ਸਹਿਕਾਰੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਮਾਈਂਡ ਵਿੱਚ ਰੱਖੋ ਕਿ ਊੜੇ ਨਾਲ ਕਿੰਨੇ ਵਰਡ ਲੱਗੇ ਨੇ ਠੀਕ ਹੈ ਊੜੇ ਵਾਲੇ ਕਿੰਨੇ ਵਰਡ ਹੈ ਤੁਸੀਂ ਕਹਿਣਾ ਕਿ ਮੈਡਮ ਦੋ ਵਰਡ ਨੇ ਠੀਕ ਹੈ ਤੇ ਦੂਜੇ ਹਾਂ ਨੂੰ ਹੁਣ ਇੱਥੇ ਹਾਨੂੰ ਕਨਫਿਊਜ਼ਨ ਇਹ ਪੈਦਾ ਹੁੰਦੀ ਹੈ ਕਿ ਪਹਿਲੇ ਉਦਾਸੀ ਵਾਲੇ ਵੀ ਊੜੇ ਔਂਕਰ ਪਿਆ ਤੇ ਉੱਤਰ ਵਾਲੇ ਵੀ ਊੜੇ ਔਂਕਰ ਪਿਆ ਅਹੀਂ ਕਨਫਿਊਜ਼ ਨਹੀਂ ਹੋਣਾ ਅਹੀਂ ਉਹਦਾ ਅਗਲਾ ਵਰਡ ਦੇਖਣਾ ਦਦਾ ਠੀਕ ਹੈ ਉਦਾਸੀ ਤੇ ਦਦਾ ਵਰਡ ਪਿਆ ਤੇ ਉੱਤਰ ਤੇ ਤੱਤਾ ਵਰਣ ਪਿਆ ਹੁਣ ਵੇਖੋ ਬੇਟਾ ਕਿ ਪਹਿਲਾਂ ਤੱਤਾ ਆਂਦਾ ਹੈ ਕਿ ਜਾਂ ਦੱਦਾ ਆਂਦਾ ਹੈ ਠੀਕ ਹੈ ਤਾਂ ਹੁਣ ਨਹੀਂ ਕਿ ਵੇਖਾਂਗੇ ਬੜੇ ਹਨ ਨੂੰ ਜਿਸੇ ਜੇ ਤੁਹਾਨੂੰ ਬਾਈ ਚਾਂਸ ਜਿਹੜਾ ਇਹ ਰਟਿਆ ਨਹੀਂ ਜਾਂ ਤੁਹਾਨੂੰ ਭੁੱਲ ਜਾਂਦਾ ਤਾਂ ਤੁਸੀਂ ਇਸ ਤਰ੍ਹਾਂ ਕਰਨਾ ਜਦੋਂ ਪੇਪਰ ਹੋਣਗੇ ਨਾ ਰਫ ਇੱਕ ਸਾਈਡ ਤੇ ਨਾ ਤੁਸੀਂ ਊੜਾ ਐੜਾ ਲਿਖ ਲੈਣਾ ਤੇ ਲਗਾ ਮਾਤਰਾ ਲਿਖ ਲੈਣੀ ਆ ਠੀਕ ਹੈ ਹੁਣ ਵੇਖੋ ਬੇਟਾ ਤ ਤੁਹਾਨੂੰ ਪਤਾ ਹੈ ਕਿ ਤੱਤਾ ਜਿਹੜਾ ਪਹਿਲਾਂ ਆਂਦਾ ਹੈ ਠੀਕ ਹੈ ਤੇ ਥੱਥਾ ਜਿਹੜਾ ਤੱਤਾ ਆਂਦਾ ਵੈ ਸਾਡੇ ਕਿਹੜੇ ਵਰਗ ਵਿੱਚ ਜਿਹੜਾ ਇਹ ਆ ਗਿਆ ਤੱਤਾ ਥੱਥਾ ਦੱਦਾ ਪਹਿਲਾਂ ਆਂਦਾ ਤੱਤਾ ਤੇ ਫੇਰ ਆਂਦਾ ਦੱਦਾ ਅਸੀਂ ਕੀ ਕੀਤਾ ਪਹਿਲਾਂ ਉੱਤਰ ਲਿਖਿਆ ਤੇ ਫੇਰ ਅਸੀਂ ਉਦਾਸੀ ਲਿਖੀ ਹੁਣ ਵੇਖੋ ਬੇਟਾ ਐੜੇ ਵਾਲੇ ਕਿਹੜੇ ਵਰਡ ਨੇ ਸਾਨੂੰ ਪਤਾ ਹੁਣ ਊੜੇ ਦਗੂ ਐੜਾਣ ਹੈ ਠੀਕ ਹੈ ਐੜੇ ਦੇ ਹੱਦ ਕੋ ਦੋ ਵਰਡ ਹੈ ਐੜਾ ਤੇ ਹਾ ਹਾ ਹੰਕਾਰ ਤੇ ਅਕਣਾ ਹੁਣ ਵੇਖੋ ਇੱਥੇ ਕਿ ਹਾ ਹਾ ਐੜਾ ਤਾਂ ਪਹਿਲਾਂ ਸੇਮ ਵਰਡ ਹੋਗੇ ਹੁਣ ਅਸੀਂ ਦੂਜਾ ਵਰਡ ਵੇਖਾਂਗੇ ਕਿ ਪਹਿਲਾਂ ਹਾ ਹਾ ਆਂਦਾ ਕ ਜਾਂ ਕਕਾ ਆਂਦਾ ਹੋ ਨਹੀਂ ਊੜੇ ਵਰਗ ਦਾ ਵੇਖੀਏ ਤਾਂ ਪਹਿਲਾਂ 5ਵੇਂ ਨੰਬਰ ਤੇ ਹਾ ਹਾਂ ਆਂਦਾ ਤੇ ਜੇ ਕਕਿਆ ਜਿਹੜਾ ਵੇਖੀਏ ਕਕੇ ਨੰਬਰ ਜਿਹੜਾ ਕਕਾ ਹੈ ਉਹ ਪਹਿਲੇ ਨੰਬਰ ਤੇ ਆਂਦਾ ਕਕੇ ਵਰਡ ਚ ਤਾਂ ਇਹ ਇਸ ਕਰਕੇ ਕੀ ਲਿਖਿਆ ਅਹੀਂ ਦੂਜਾ ਜਿਹੜਾ ਤੀਜਾ ਵਰਡ ਉਹ ਕੀ ਲਵਾਂਗੇ ਹੰਕਾਰ ਤੇ ਅੱਗੇ ਕੀ ਵਰਡ ਲਵਾਂਗੇ ਅਕਣਾ ਠੀਕ ਹੈ ਕਿਉਂਕਿ ਇਹ ਦੂਜਾ ਵਰਡ ਵੇਖ ਲਿਆ ਐੜਾ ਤੇ ਦੋਨੇ ਸੇਮ ਹੈ ਫਿਰ ਅਹੀਂ ਅ ਅਗਲੇ ਵਰਡ ਵੇਖੇ ਇਸ ਤੋਂ ਬਾਅਦ ਹੁਣ ਊੜਾ ਵੀ ਹੋ ਗਿਆ ਸਾਡੇ ਕੋਲ ਐੜਾ ਵੀ ਹੋ ਗਿਆ ਠੀਕ ਹੈ ਅੱਗੇ ਕੀ ਆਂਦਾ ਹੈ ਈਡੀ ਅੰਤਨਾ ਤੇ ਈਡੀ ਵਾਲੇ ਵੇਖੋ ਬੇਟਾ ਇਹਦੇ ਕਿੰਨੇ ਵਰਡ ਹੈ ਈਡੀ ਵਾਲਾ ਜਿਹੜਾ ਏਕ ਹੀ ਹੁੰਦਾ ਨਾ ਵਰਡ ਏਕ ਹੀ ਸ਼ੁਰੂ ਹੈਗਾ ਵਰਡ ਜਿਹੜਾ ਈਡੀ ਤੋਂ ਸ਼ੁਰੂ ਹੁੰਦਾ ਤੇ ਉਹ ਅਹੀਂ ਇਕੜ ਦੁਕੜ ਲਿਖ ਲਿਆ ਤੇ ਈਡੀ ਤੋਂ ਬਾਅਦ ਕੀ ਆ ਗਿਆ ਸਸਾ ਆ ਗਿਆ ਨਾ ਸਸੇ ਵਾਲੇ ਵੇਖੋ ਕਿੰਨੇ ਵਰਡ ਹੈ ਇਹਦਾ ਮਤਲਬ ਸਸੇ ਵਾਲਾ ਏਕ ਹੀ ਆ ਤੇ ਅਹੀਂ ਉਹ ਸਹਿਕਾਰੀ ਲਿਖ ਲਿਆ ਠੀਕ ਹੈ ਅੱਗੇ ਤੁਸੀਂ ਵੇਖੋ ਦੂਜੇ ਨੰਬਰ ਦੇ ਜਿਹੜਾ ਸ਼ਬਦ ਕੋਸ਼ ਹੈ ਉਹਨੂੰ ਕਿਸਾ ਲਿਖਣਾ ਸਭ ਤੋਂ ਪਹਿਲਾਂ ਹੀ ਧਿਆਨ ਨਾਲ ਵੇਖਿਆ ਖਖਾ ਕ ਗ ਕੁ ਮਿਆਰ ਸਸ ਸਤਪੁਰਖ ਗਦਰ ਕਕਰ ਤੇ ਸਸ ਕਸਰਤ ਇੱਥੇ ਵੇਖਣ ਵਾਲੀ ਗੱਲ ਵਿੱਚ ਇਹ ਹੈ ਕਿ ਸਭ ਤੋਂ ਪਹਿਲਾਂ ਅਹੀ ਵੇਖਣਾ ਹੈ ਕਿ ਇਹਦੇ ਵਿੱਚ ਕਿਹੜਾ ਵਰਡ ਜਿਹੜਾ ਪਹਿਲਾਂ ਆਂਦਾ ਹੈ ਅਹੀ ਵੇਖਿਆ ਧਿਆਨ ਨਾਲ ਤੇ ਪਹਿਲਾ ਵਰਡ ਕਹਿੰਦਾ ਸਸ ਸਸ ਮਤ ਉੜੇ ਵਰਗ ਵਿੱਚ ਪਹਿਲਾਂ ਕਿਹੜਾ ਆ ਗਿਆ ਸਸ ਆ ਗਿਆ ਤਹੀਂ ਸਤਪੁਰਖ ਲਿਖ ਲਿਆ ਹੁਣ ਸ ਸੇ ਤੋਂ ਬਾਅਦ ਜਿਹੜਾ ਇਹਦੇ ਵਿੱਚ ਵੇਖੋ ਸ ਸੇ ਸੇ ਨਾਲ ਮਿਲਦਾ ਜਾਂ ਸ ਸੇ ਵਾਲਾ ਕੋਈ ਹੋਰ ਵਰਡ ਤੇ ਨਹੀਂ ਹੈਗਾ ਜੇ ਨਹੀਂ ਹੈਗਾ ਤਾਂ ਫਿਰ ਤੁਸੀਂ ਆਜੋ ਸ ਸਾ ਸਾ ਹਾ ਹਾ ਆ ਗਿਆ ਨਾ ਹਾ ਹੇ ਵਾਲਾ ਵੇਖੋ ਕੋਈ ਵਰਡ ਹੈਗਾ ਨਹੀਂ ਹੈਗਾ ਫਿਰ ਤੁਸੀਂ ਆਜੋ ਕਕੇ ਤੇ ਹੁਣ ਇੱਥੇ ਬੇਟਾ ਕਕੇ ਦੇ ਕਿੰਨੇ ਵਰਡ ਨੇ ਦੋ ਵਰਡ ਨੇ ਠੀਕ ਹੈ ਇਹਦੇ ਵਿੱਚ ਤੁਸੀਂ ਇਹ ਵੇਖਣਾ ਕਿ ਕਕਾ ਪਹਿਲਾਂ ਵੀ ਸ਼ੁਰੂ ਹੋਣ ਡਿਆ ਕਸਰਤ ਤੇ ਫਿਰ ਦੂਜਾ ਜਿਹੜਾ ਕੱਕੜ ਉਹ ਵੀ ਕਸਰਤ ਤੇ ਸ਼ੁਰੂ ਹੋਣ ਡਿਆ ਹੁਣ ਤੁਸੀਂ ਦੂਜਾ ਵਰਡ ਵੇਖੋ ਕਿ ਕੱਕੇ ਦੇ ਅੱਗੇ ਸ ਸ ਪਹਿਲਾਂ ਆਉਂਦਾ ਕਿ ਕੱਕੇ ਦੇ ਜਿਹੜਾ ਜਿਹੜਾ ਕੱਕੜ ਆ ਫਿਰ ਕੱਕਾ ਪਹਿਲਾਂ ਆਉਂਦਾ ਇਹਦੇ ਵਿੱਚ ਤੁਸੀਂ ਵੇਖੋਗੇ ਊੜਾ ਐੜਾ ਈੜੀ ਸ ਸ ਕੈਂ ਦਾ ਭਾਵ ਕਿ ਪਹਿਲਾਂ ਸ ਸ ਆਉਂਦਾ ਕੱਕਾ ਜਿਹੜਾ ਪਹਿਲਾਂ ਨਹੀਂ ਆਉਂਦਾ ਪਹਿਲਾਂ ਸ ਸ ਆਉਂਦਾ ਫਿਰ ਨੈਕਸਟ ਵਰਕ ਕਿਹਦੇ ਵਰਗ ਵਿੱਚ ਪਹਿਲਾਂ ਕੱਕਾ ਆਏਗਾ ਇਸ ਕਰਕੇ ਤੁਸੀਂ ਕੀ ਲਿਖੋਗੇ ਕਸਰਤ ਲਿਖੋਗੇ ਤੇ ਫਿਰ ਲਿਖੋਗੇ ਕੱਕੜ ਠੀਕ ਹੈ ਹੁਣ ਸਾਡਾ ਸਸਾ ਵੀ ਹੋ ਗਿਆ ਕੱਕਾ ਵੀ ਹੋ ਗਿਆ ਤੇ ਕੱਕੇ ਤੋਂ ਬਾਅਦ ਕਿਹੜਾ ਵਰਡ ਆਉਂਦਾ ਭਲਾ ਕੱਕੇ ਤੋਂ ਬਾਅਦ ਕੀ ਆਉਂਦਾ ਗੱਗਾ ਠੀਕ ਹੈ ਹੁਣ ਤੁਸੀਂ ਧਿਆਨ ਨਾਲ ਵੇਖੋ ਕਿ ਜਿਹੜਾ ਗੱਗਾ ਸੋਰੀ ਕੱਕਾ ਖ ਖ ਆਂਦਾ ਸੋਰੀ ਬੇਟਾ ਖਖਾ ਵੇਖੋ ਖਖੇ ਵਾਲੇ ਕਿੰਨੇ ਵਰਡ ਆ ਖਖੇ ਵਾਲਾ ਇੱਕ ਹੀ ਵਰਡ ਆ ਚੁੱਪ ਕਰਕੇ ਤੁਸੀਂ ਉੱਥੇ ਖਾਲਸਾ ਲਿਖ ਦੇਣਾ ਠੀਕ ਹੈ ਫਿਰ ਆ ਗਿਆ ਸਾਡਾ ਖਖੇ ਮਤਲਬ ਕੱਕਾ ਵੀ ਹੋ ਗਿਆ ਗੱਗਾ ਵੀ ਹੋ ਗਿਆ ਗੱਗੇ ਤੋਂ ਬਾਅਦ ਕੀ ਆਉਂਦਾ ਕ ਕ ਖ ਖੇ ਤੋਂ ਬਾਅਦ ਕੀ ਆਂਦਾ ਗਗਾ ਠੀਕ ਹੈ ਕਿਹੜਾ ਕਿਹੜਾ ਸਭ ਤੋਂ ਪਹਿਲਾਂ ਹਟ ਅਸਸਾ ਹੋ ਗਿਆ ਫਿਰ ਕੱਕੇ ਵਾਲੇ ਦੋ ਵਰਡ ਆ ਗਏ ਫਿਰ ਕੱਕੇ ਤੋਂ ਬਾਅਦ ਆਂਦਾ ਖਖਖਾ ਕ ਤੇ ਖਖਖੇ ਤੋਂ ਬਾਅਦ ਆਂਦਾ ਗਗਾ ਠੀਕ ਹੈ ਗੱਗੇ ਵਾਲੇ ਵੇਖੋ ਕਿੰਨੇ ਵਰਡ ਹੈ ਇੱਕ ਹੀ ਵਰਡ ਹੈ ਤੇ ਗਦਰ ਇੱਥੇ ਆ ਗਿਆ ਫਿਰ ਗਦਰ ਗੱਗੇ ਤੋਂ ਬਾਅਦ ਕੀ ਆ ਜਾਂਦਾ ਤੇ ਧਿਆਨ ਨਾਲ ਵੇਖੋ ਤੇ ਕੱਕੇ ਵਰਗ ਦੇ ਚੌਥੇ ਨੰਬਰ 'ਚ ਕਗਾ ਹੈ ਠੀਕ ਹੈ ਤਾਂ ਕਮਿਆਰ ਹੈ ਵੇਖ ਲੈ ਅਹੀਂ ਪਹਿਲਾਂ ਵੇਖਣਾ ਕਿ ਇੱਥੇ ਗੱਗੇ ਦੇ ਨਾਲ ਕੋਈ ਹੈਗਾ ਹੋਰ ਵਰਡ ਤੇ ਜਦੋਂ ਸਾਨੂੰ ਪਤਾ ਲੱਗਾ ਕਿ ਇੱਕ ਹੀ ਵਰਡ ਆ ਤਾਂ ਇਹੀਂ ਚੁਪ ਕਰਕੇ ਉੱਥੇ ਲਿਖਤਾ ਠੀਕ ਹੈ ਅੱਗੇ ਹੈਗਾ ਸਾਡਾ ਤੀਜਾ ਨੰਬਰ ਤੇ ਸ਼ਬਦ ਕੋਸ਼ ਇੱਥੇ ਤੁਹਾਨੂੰ ਕਨਫਿਊਜ਼ਨ ਹੋ ਸਕਦੀ ਹੈ ਕਿਉਂਕਿ ਸਾਰੇ ਵਰਡ ਜੋ ਨਾਲ ਸ਼ੁਰੂ ਹੋਣ ਦੇ ਨੇ ਸਾਰਿਆਂ ਦੇ ਅੱਗੇ ਕੰਨਾ ਏ ਕੰਨੇ ਬਿੰਦੀ ਏ ਫਿਰ ਫਿਰ ਕੰਨਾ ਚਾਸ਼ਨੀ ਵਾਲਾ ਫਿਰ ਚਪ ਚਪੇੜ ਪੱਪਾ ਆ ਗਿਆ ਫਿਰ ਜੋਬ ਆ ਗਿਆ ਫਿਰ ਚੰਬੂ ਆ ਗਿਆ ਬੇਟਾ ਇੱਥੇ ਤੁਸੀਂ ਧਿਆਨ ਨਾ ਕਰਨਾ ਪਹਿਲਾਂ ਤੁਸੀਂ ਚੱਚਾ ਵਰਡ ਲੈ ਲਓ ਠੀਕ ਹੈ ਚੱਚਾ ਲੈ ਲਿਆ ਤੇ ਫੇਰ ਤੁਸੀਂ ਵੇਖਣਾ ਹੈ ਕਿ ਉਹਦੇ ਨਾਲ ਜਿਹੜਾ ਵਰਡ ਲਿਖਿਆ ਉਹ ਕਿਹੜੇ ਨੰਬਰ ਤੇ ਆਉਂਦਾ ਹੈ ਠੀਕ ਹੈ ਹੁਣ ਇੱਥੇ ਵੇਖੋ ਚ ਪੇੜ ਜਿਹੜਾ ਵਰਡ ਅਸੀਂ ਲਿਆ ਵਾ ਉੱਤੇ ਉਹ ਕਹਿੰਦਾ ਭਾਵ ਹੈ ਕਿ ਪਹਿਲਾਂ ਚਾਚਾ ਆਇਆ ਤੇ ਫਿਰ ਪਪਾ ਆ ਤੇ ਜਦੋਂ ਇਹ ਇੱਥੇ ਵੇਖਨੇ ਆ ਸਸਾ ਇਹ ਤੇ ਵੇਖੋ ਸਸਾ ਪਹਿਲਾਂ ਆਂਦਾ ਕਿ ਦਦਾ ਆਂਦਾ ਠੀਕ ਹੈ ਪਹਿਲਾਂ ਸਸਾ ਆਂਦਾ ਕਿ ਦਦਾ ਆਂਦਾ ਇਹ ਵੀ ਤੁਸੀਂ ਵੇਖ ਲਓ ਕਿ ਸਸਾ ਕਿਹੜੀ ਲਾਈਨ ਵਿੱਚ ਆਂਡਿਆ ਹੱਡਾ ਆ ਜਾਂਦਾ ਚਾਚਾ ਤੇ ਇੱਥੇ ਆ ਜਾਂਦਾ ਪਹਿਲੇ ਵਰਗ ਚ ਸਸਾਂ ਆਂੜਿਆ ਠੀਕ ਹੈ ਫਿਰ ਦੱਦਾ ਕਿਹੜੀ ਵਰਗ ਚ ਆਂੜਿਆ ਦੱਦਾ ਆਂੜਿਆ ਵਾ ਸਾਡਾ ਤੱਤੇ ਵਰਗ ਚ ਤੇ ਇਹਦਾ ਮਤਲਬ ਹੈ ਕਿ ਪਹਿਲਾਂ ਅਸੀਂ ਚ ਪੇੜ ਲਵਾਂਗੇ ਠੀਕ ਹੈ ਤੇ ਪੇੜ ਵਰਡ ਲਿਖਾਂਗੇ ਫਿਰ ਅਸੀਂ ਚਾਸ਼ਨੀ ਵਾਲਾ ਵਰਡ ਲਿਖਾਂਗੇ ਕਿਉਂਕਿ ਚੱਚਾ ਸਸਾ ਜਿਹੜਾ ਊੜੇ ਵਰਗ ਚ ਆਉਂੜਿਆ ਫਿਰ ਅਸੀਂ ਚਾਂਦਨੀ ਵਾਲਾ ਜਿਹੜਾ ਵਰਡ ਲਿਖਾਂਗੇ ਕਿਉਂਕਿ ਚਾਂਦਨੀ ਜਿਹੜਾ ਤੱਤੇ ਵਰਡ ਵਿੱਚ ਆਂੜਿਆ ਠੀਕ ਹੈ ਉਸ ਤੋਂ ਬਾਅਦ ਅਸੀਂ ਧਿਆਨ ਨਾਲ ਵੇਖਿਆ ਤੇ ਫਿਰ ਅਸੀਂ ਕਿਹਾ ਕਿ ਚੱਚੇ ਤੋਂ ਬਾਅਦ ਜਿਹੜਾ ਰਾੜਾ ਸ਼ਬਦ ਜਿਹੜਾ ਕਿੰਨੇ ਨੰਬਰ ਤੇ ਆਂਦਾ ਤੇ ਇਹ ਵੇਖੋ ਕਿ ਜਿਹੜਾ ਰਾੜਾ ਹੈ ਉਹ ਹੈਗਾ ਯਯੇ ਵਰਗ ਵਿੱਚ ਜਿਵੇਂ ਯਯਾ ਰਾੜਾ ਲੱਲਾ ਵਾਵਾ ਰਾੜਾ ਇਹਦਾ ਮਤਲਬ ਹੈ ਫਿਰ ਅਸੀਂ ਲਿਖਾਂਗੇ ਚਾਰ ਮਗਜ ਉਸ ਤੋਂ ਬਾਅਦ ਚੱਚਾ ਵੇਖੋ ਜੋਬਦਾਰ ਤੇ ਚੰਬਲ ਹੁਣ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਪਹਿਲਾਂ ਤੁਸੀਂ ਚੱਚੇ ਚੱਚੇ ਵਾਲੇ ਵਰਡ ਲੈ ਲੇ ਫੇਰ ਤੁਸੀਂ ਲੈ ਲੇ ਬੱਬੇ ਤੁਸੀਂ ਕਹੋਗੇ ਮੈਡਮ ਇੱਥੇ ਵੀ ਬੱਬਾ ਹੈ ਤੇ ਇੱਥੇ ਬੱਬਾ ਹੈ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਫੇਰ ਅਸੀਂ ਵੇਖਣਾ ਕਿ ਉੱਤੇ ਮਾਤਰਾ ਕਿਹੜੀ ਪਈ ਹੈ ਠੀਕ ਹੈ ਤਾਂ ਹੁਣ ਬੇਟਾ ਵੇਖੋ ਮਾਤਰਾ ਜਿਹੜੀ ਹੈ ਇਹਦੇ ਉੱਤੇ ਹੋਣਾ ਪਿਆ ਠੀਕ ਹੈ ਚੱਚੇ ਹੋਣਾ ਚੋਬਾ ਚੋਬ ਇਹਦਾ ਮਤਲਬ ਕਿ ਜਿਹੜੀ ਚੋਬ ਉਹ ਮਾਤਰਾ ਪਹਿਲਾਂ ਆਉਂਦੀ ਤੇ ਬਿੰਦੀ ਬਾਅਦ ਵਿੱਚ ਆਉਂਦੀ ਫੇਰ ਤੁਸੀਂ ਲਿਖੋਗੇ ਚੋਬਾ ਤੇ ਫੇਰ ਲਿਖੋ ਤੁਸੀਂ ਚੰਪਲ ਠੀਕ ਹੈ ਬੇਟਾ ਇੱਥੇ ਕਨਫਿਊਜ਼ ਹੋਣ ਹੋ ਸਕਦਾ ਬੰਦਾ ਪਰ ਇੱਥੇ ਜਦੋਂ ਸਾਰੇ ਵਰਡ ਪਹਿਲੇ ਨੰਬਰ ਤੇ ਸ਼ੁਰੂ ਹੋ ਜਾਣ ਤੇ ਪਹਿਲਾ ਨੰਬਰ ਹੀ ਸਾਰੇ ਇਕਵਲ ਹੋਣ ਫਿਰ ਤੁਸੀਂ ਦੂਜੇ ਨੰਬਰ ਤੇ ਜਾਣਾ ਦੂਜੇ ਨੰਬਰ ਤੋਂ ਬਾਅਦ ਬਾਈ ਚਾਂਸ ਜਿਸਾ ਤੇ ਚੋਬਦਾਰ ਲਿਖਿਆ ਤੇ ਚੰਬਰ ਲਿਖਿਆ ਦੋਨੇ ਵਰਡ ਦੂਜੇ ਨੰਬਰ ਤੇ ਵੀ ਸੇਮ ਸੇਮ ਹੈ ਫਿਰ ਤੁਸੀਂ ਜਾਣਾ ਬਿੰਦੀ ਤੇ ਲਗਾ ਮਾਤਰਾ ਤੇ ਤੇ ਬਿੰਦੀਆਂ ਤੇ ਠੀਕ ਹੈ ਅੱਗੇ ਆ ਗਿਆ ਬੇਟਾ ਜੀ ਹਾ ਡਾ ਇਥੇ ਸ਼ਬਦ ਕੋਸ਼ ਦੀ ਤਰਤੀਬ ਚੌਥਾ ਨੰਬਰ ਇਦੇ ਵਿੱਚ ਵੇਖੋ ਪਹਿਲਾ ਸਭ ਤੋਂ ਕਿਹੜਾ ਵਰਡ ਆਂੜਿਆ ਚਚਾ ਆਂੜਿਆ ਵਾ ਚਿਜਾ ਆਂੜਿਆ ਜਜਾ ਆਂੜਿਆ ਛਣਾ ਆਂੜਿਆ ਜੀਮ ਆਂੜਿਆ ਕਜ ਛੱਲਿਆ ਆਂੜਿਆ ਤੁਸੀਂ ਵੇਖੋ ਜਿਹੜਾ ਚੱਚਾ ਵਰਡ ਹੈ ਉਹ ਕਿੱਥੇ ਆ ਚੱਚੇ ਵਰਗ 'ਚ ਪਹਿਲਾ ਹੈ ਨਾ ਠੀਕ ਹੈ ਤਾਂ ਅਹੀਂ ਲਿਖ ਲਿਆ ਚੱਚੇ ਦੇ ਨਾਲ ਹੋ ਕੇ ਮੈਚ ਹੈਗਾ ਵਰਡ ਕੋਈ ਚੱਚੇ ਨਾਲ ਸ਼ੁਰੂ ਹੋਣ ਵਾਲਾ ਹੈਗਾ ਨਹੀਂ ਹੈਗਾ ਇਸ ਕਰਕੇ ਤੁਸੀਂ ਚਿੜਚੜਾ ਲਿਖ ਲਿਆ ਤਾਂ ਅੱਗੇ ਕੀ ਆ ਗਿਆ ਚੱਚੇ ਤੋਂ ਬਾਅਦ ਕੀ ਆ ਜਾ ਛਸ਼ਾ ਹੁਣ ਬੇਟਾ ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਇੱਥੇ ਛੇ ਦੇ ਦੋ ਵਰਡ ਹੈ ਕਿਹੜੇ ਕਿਹੜੇ ਛੰਨਾ ਤੇ ਛੱਲੇ ਇੱਥੇ ਤੂੰ ਕੀ ਤੁਸੀਂ ਕੀ ਕਰੋਗੇ ਛੇ ਦੇ ਨਾਲ ਲੱਗਦਾ ਜਿਹੜਾ ਦੂਜਾ ਵਰਡ ਹੈ ਉਹ ਵੇਖੋਗੇ ਬੇਟਾ ਇੱਥੇ ਬੁੱਕ ਵਿੱਚ ਗਲਤ ਲਿਖਿਆ ਹੈ ਉਹ ਮੈਂ ਕਲੀਅਰ ਕਰ ਲਿਆ ਕਲੀਅਰ ਕਰ ਦਿੰਨੀ ਤੁਹਾਨੂੰ ਕਿ ਕਿਉਂ ਤੁਸੀਂ ਇੱਥੇ ਨੰਨਾ ਛੱਲੇ ਬੁੱਕ ਵਿੱਚ ਲਿਖਿਆ ਛੱਲੇ ਪਹਿਲਾਂ ਛੰਨਾ ਬਾਅਦ ਵਿੱਚ ਇਹਦੇ ਵਿੱਚ ਵੇਖਣ ਵਾਲੀ ਗੱਲ ਇਹ ਹੈ ਕਿ ਛੇ ਤੇ ਦੋਨੇ ਸੇਮ ਸੇਮ ਹੈ ਠੀਕ ਹੈ ਅਗਲਾ ਜਿਹੜਾ ਨੰਨਾ ਹੈ ਤੇ ਜਿਹੜਾ ਲੱਲਾ ਹੈ ਉਹ ਵੇਖਣਾ ਹੁਣ ਬੇਟਾ ਵੇਖੋ ਤੱਤੇ ਵਰਗ ਵਿੱਚ ਨੰਨਾ ਜਿਹੜਾ 5ਵੇਂ ਨੰਬਰ ਤੇ ਆਂਦਾ ਜਿਵੇਂ ਕਿ ਤਤਾ ਥੱਥਾ ਦਦਾ ਤਦਾ ਨੰਨਾ ਠੀਕ ਹੈ ਤੇ ਇਹ ਇਹ ਜਿਹੜਾ ਲੱਲਾ ਹੈ ਉਹ ਯਈਏ ਵਰਗ ਤੇ ਆਂਦਾ ਲਾਸਟ ਵਿੱਚ ਯਈਆ ਰਾਰਾ ਲੱਲਾ ਵਵਾਰਾ ਹੁਣ ਵੇਖੋ ਬੇਟਾ ਬੁੱਕ ਵਿੱਚ ਇਹ ਮਿਸਟੇਕ ਹੋ ਗਈ ਕਿ ਇਹਨਾਂ ਨੇ ਛੱਲੀ ਜਿਹੜਾ ਪਹਿਲਾਂ ਲਿਖਤਾ ਬਲਕਿ ਛੱਲੀ ਜਿਹੜਾ ਬਾਅਦ ਵਿੱਚ ਆਉਣਾ ਸੀ ਪਹਿਲਾਂ ਛੰਨਾ ਆਣੀ ਫਿਰ ਛੱਲੀ ਆਣੀ ਠੀਕ ਹੈ ਹਾਂ ਦੇ ਵੀ ਵਰਡ ਕਲੀਅਰ ਹੋ ਗਏ ਉਸ ਤੋਂ ਬਾਅਦ ਵੇਖੋ ਬੇਟਾ ਜਜ ਆ ਗਿਆ ਛੇ ਤੋਂ ਬਾਅਦ ਕੀ ਆ ਗਿਆ ਜਜ ਆ ਗਿਆ ਤੇ ਜਜੇ ਵਾਲੇ ਵੇਖੋ ਬੇਟਾ ਕਿ ਇਹਦੇ ਵਿੱਚ ਕਿਹੜੇ ਵਰਡ ਜਿਹੜੇ ਨੇ ਸੇਮ ਸੇਮ ਹੈਗੇ ਨੇ ਨੈਕਸਟ ਵਰਡ ਵੇਖ ਲਓ ਪਹਿਲਾ ਜਜਾ ਤੇ ਜਹਾਜ਼ ਤੇ ਜਜੇ ਤੇ ਜੀਵਨ ਇੱਥੇ ਤੁਸੀਂ ਫਿਰ ਵੇਖੋਗੇ ਕਿ ਜਜਾ ਤੇ ਹਾ 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 ਪਹਿਲਾਂ ਆਉਂਦਾ ਹੈ ਕਿ ਜਜਾ ਤੇ ਵਾ 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 ਪਹਿਲਾਂ ਆਉਂਦਾ ਹੈ ਬੇਟਾ ਹਾ ਹਾ ਜਿਹੜਾ ਊੜੇ ਵਰਗ ਵਿੱਚ 5ਵੇਂ ਨੰਬਰ ਤੇ ਆਉਂਦਾ ਹੈ ਤੇ ਜਿਹੜਾ ਵਵ ਹੈ ਉਹ ਹੈਗਾ ਇਹੇ ਨੰਬਰ ਵਿੱਚ 4ਥੇ ਨੰਬਰ ਤੇ ਹੁਣ ਕੀ ਤੁਸੀਂ ਲਿਖੋਗੇ ਜਹਾਜ਼ ਲਿਖੋਗੇ ਨਾ ਬੇਟਾ ਤੇ ਫਿਰ ਨਹੀਂ ਲਿਖੋਗੇ ਜੀਵਨ ਤਾਂ ਹੁਣ ਸਾਡੇ ਸਾਰੇ ਵਰਡ ਹੋ ਗਏ ਹੁਣ ਹੈਗਾ ਝਜਾ ਹੁਣ ਵੇਖੋ ਝਜੇ ਨਾਲ ਕੋਈ ਮੈਚਿੰਗ ਕੋਈ ਵਰਡ ਹੈਗਾ ਜਿਹੜਾ ਝਜੇ ਨਾਲ ਹੀ ਸ਼ੁਰੂ ਹੁੰਦਾ ਹੋਵੇ ਜੇ ਤੇ ਨਹੀਂ ਹੈਗਾ ਤਾਂ ਤੁਸੀਂ ਝਜਾ ਜਿਹੜਾ ਕਿਉਂਕਿ ਸਾਨੂੰ ਪਤਾ ਸਭ ਤੋਂ ਅਖੀਰਤ ਵਿੱਚ ਚ ਜਾਣਾ ਵੈ ਤੇ ਉਹ ਤੁਸੀਂ ਇੱਥੇ ਲਿਖ ਲਿਆ ਠੀਕ ਹੈ ਇਹ ਲਾਸਟ ਵਾਲਾ ਵਰਡ ਜਿਹੜਾ ਇੱਥੇ ਆ ਗਿਆ ਲਾਸਟ ਵਿੱਚ ਠੀਕ ਹੈ ਬੇਟਾ ਇੱਥੋਂ ਤੱਕ ਮੈਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਸਮਝ ਆ ਗਈ ਹੋਏਗੀ ਹੁਣ ਅਸੀਂ ਲੈਨੇ ਆ ਫਿਫਥ ਵਰਡ ਇੱਥੇ ਲਿਖਿਆ ਟਿੱਲਾ ਡਿਓਡੀ ਠਠਿਆਰ ਟਿਕਣਾ ਡੰਗਰ ਟਿਕਾਇਆ ਹੁਣ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਵੇਖਾਂਗੇ ਕਿ ਪਹਿਲਾਂ ਡੱਡਾ ਆਂਦਾ ਕ ਟ ਡਾ ਆਂਦਾ ਜਾਂ ਟੈਂਕ ਆਂਦਾ ਡੱਡਾ ਜਾਂ ਕ ਕਾਂ ਦਾ ਅਹੀਂ ਜਦੋਂ ਵੇਖਿਆ ਤੁਹਾਨੂੰ ਪਤਾ ਹੈ ਕਿ ਜਿਹੜਾ ਕਕਾ ਹੈ ਕਕਾ ਵਰਗ ਵਿੱਚ ਪਹਿਲਾ ਵਰਡ ਕਕਾ ਹੈ ਤਾਂ ਅਹੀਂ ਕੀ ਲਿਖ ਲਿਆ ਕਾਇਰ ਕੱਕੇ ਨਾਲ ਕੋਈ ਮੈਚਿੰਗ ਕੋਈ ਵਰਡ ਹੈਗਾ ਨਹੀਂ ਕੱਕੇ ਤੋਂ ਬਾਅਦ ਕੀ ਆ ਜਾਂਦਾ ਹੈ ਟੈਂਕਾ ਟੈਂਕੇ ਵਰਡ ਦਾ ਪਹਿਲਾ ਅੱਖਰ ਫਿਰ ਅਹੀਂ ਟੈਂਕਾ ਲੈ ਲਿਆ ਤਾਂ ਟੈਂਕੇ ਨਾਲ ਕੋਈ ਮੈਚਿੰਗ ਹੈਗਾ ਕੋਈ ਵਰਡ ਸ਼ੁਰੂ ਹੋਣ ਵਾਲਾ ਟੈਂਕੇ ਨਾਲ ਨਹੀਂ ਹੈਗਾ ਉਹਨੂੰ ਲਿਖ ਲਿਆ ਫਿਰ ਅਹੀਂ ਲਿਖ ਲਿਆ ਟੈਂਕਾ ਠੱਠਾ ਉਸ ਤੋਂ ਬਾਅਦ ਵੇਖੋ ਕਿ ਠੱਠੇ ਤੋਂ ਨਾਲ ਮੈਚਿੰਗ ਕੋਈ ਵਰਡ ਹੈ ਨਹੀਂ ਹੈਗਾ ਠਠਿਆਰ ਵੀ ਲਿਖ ਲਿਆ ਠੀਕ ਹੈ ਇਸ ਤੋਂ ਬਾਅਦ ਬੇਟਾ ਜਿਹੜੇ ਦੋ ਵਰਡ ਹੈ ਉਹ ਸਾਡੇ ਜਿਹੜੇ ਡੱਡੇ ਤੋਂ ਸ਼ੁਰੂ ਹੋਣ ਦੇ ਇੱਥੇ ਤੁਹਾਨੂੰ ਕਨਫਿਊਜ਼ਨ ਜਿਹੜੀ ਹੈ ਕਰਨ ਦੀ ਕੋਈ ਲੋੜ ਨਹੀਂ ਹੈ ਕੋਈ ਕਨਫਿਊਜ਼ਨ ਪੈਦਾ ਨਹੀਂ ਕਰਨੀ ਤੁਸੀਂ ਕੀ ਕਰਨਾ ਹੈ ਕਿ ਪਹਿਲਾਂ ਵੇਖੋ ਡੱਡੇ ਵਾਲੇ ਵਰਡ ਵੇਖ ਲਿਆ ਫਿਰ ਡੱਡੇ ਦੇ ਨਾਲ ਜਿਹੜਾ ਅਗਲਾ ਵਰਡ ਹੈ ਉਹ ਵੇਖੋ ਹੁਣ ਊੜਾ ਹੈ ਡੱਯੋੜੀ ਵਿੱਚ ਜਿਹੜਾ ਊੜਾ ਹੈ ਉਹ ਹੈਗਾ ਪਹਿਲੇ ਵਰਗ ਵਿੱਚ ਆਉਣ ਵਾਲਾ ਚਾਹੇ ਊੜੇ ਦਾ ਮੂੰਹ ਖੁੱਲ੍ਹਿਆ ਜਾਂ ਬੰਦ ਹੈ ਪਰ ਅਹੀਂ ਊੜੇ ਦੀ ਸੌਂਗੜੀ ਦਵਾਂਗੇ ਨਾ ਇਸ ਕਰਕੇ ਜਿਹੜਾ ਦੂਜਾ ਵਰਡ ਹੈ ਉਹ ਹੈਗਾ ਡਿਉੜੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਡੰਗਰ ਲਓਗੇ ਗੱਗਾ ਵਾਲਾ ਇਹ ਕੱਕੇ ਵਰਡ ਦਾ ਤੀਜਾ ਨੰਬਰ ਗੱਗੇ ਤੇ ਆਉਂਦਾ ਹੈ ਠੀਕ ਹੈ ਗੱਗਾ ਕਿੰਨੇ ਨੰਬਰ ਤੇ ਆਉਂਦਾ ਕੱਕੇ ਵਰਗ ਦਾ ਤੀਜਾ ਇਹਦਾ ਮਤਲਬ ਹੈ ਪਹਿਲਾਂ ਤੁਸੀਂ ਡਿਉੜੀ ਲਓਗੇ ਫਿਰ ਤੁਸੀਂ ਗੱਗੇ ਵਾਲਾ ਵਰਡ ਲਓਗੇ ਫਿਰ ਤੁਸੀਂ ਡਾ ਲਓਗੇ ਠੀਕ ਹੈ ਤੇ ਡਾ ਕਿੰਨੇ ਨੰਬਰ ਤੇ ਆਂਦਾ ਵਾ ਤੱਤਾ ਥੱਥਾ ਡੱਡਾ ਠੀਕ ਹੈ ਇਹ ਜਿਹੜੇ ਵਰਡ ਨੇ ਟੱਡਾ ਜਿਹੜਾ ਬਾਅਦ ਵਿੱਚ ਆਂਦਾ ਇਸ ਤਰ੍ਹਾਂ ਟੱਡਾ ਜਿਹੜਾ ਇੱਥੇ ਆ ਜਿਗਾ ਟਿੱਲਾ ਠੀਕ ਹੈ ਇਹ ਜਿਹੜੀ ਵਰਡ ਹੋ ਗਿਆ ਤੁਹਾਨੂੰ ਕਲੀਅਰ ਠੀਕ ਹੈ ਬੇਟਾ ਕਿ ਤੁਸੀਂ ਪਹਿਲਾਂ ਤੁਸੀਂ ਵੇਖਿਆ ਕਿ ਡੱਡੇ ਵਾਲੇ ਦੋ ਵਰਡ ਨੇ ਫਿਰ ਡੱਡੇ ਤੋਂ ਬਾਅਦ ਟੱਡਾ ਆਂਦਾ ਠੀਕ ਹੈ ਉਹ ਤੁਸੀਂ ਵੇਖ ਲੈ ਟੱਡੇ ਨਾਲ ਕੋਈ ਮੈਚ ਜਿ ਸ਼ੁਰੂ ਹੋਣ ਵਾਲਾ ਵਰਡ ਤੇ ਨਹੀਂ ਹੈ ਉਹ ਤੇ ਹੀ ਵੇਖਿਆ ਬੜੇ ਧਿਆਨ ਨਾਲ ਤੇ ਇੱਕ ਹੀ ਵਰਡ ਹੈ ਤੇ ਉਹ ਲਾਸਟ ਵਿੱਚ ਆ ਗਿਆ ਠੀਕ ਹੈ ਬੇਟਾ ਹੁਣ ਤੁਹਾਡਾ ਜਿਹੜਾ ਹੈ 6 ਨੰਬਰ ਤੇ ਉਹਨੂੰ ਵੀ ਤੁਸੀਂ ਸਮਝ ਲੋ ਸਭ ਤੋਂ ਪਹਿਲਾਂ ਇਹ ਵੇਖਣਾ ਹੈ ਦਰਬਾਰ ਲਿਖਿਆ ਹੈ ਥਰਮਾਮੀਟਰ ਤਰਸਨਾ ਦਸਤਾਰ ਤੀਰਥ ਕੋਰਖੀਸਕ ਸਭ ਤੋਂ ਪਹਿਲਾਂ ਵੇਖੋ ਕਿ ਬੇਟਾ ਵਰਡ ਕਿਹੜਾ ਆਉਂਦਾ ਤੇ ਧਿਆਨ ਨਾਲ ਵੇਖਿਆ ਤੇ ਸਾਨੂੰ ਪਤਾ ਲੱਗਾ ਕਿ ਜਿਹੜਾ ਖਖਾ ਵਰਡ ਹੈ ਕਕਾ ਖਖਾ ਠੀਕ ਹੈ ਖਖਾ ਵਰਡ ਜਿਹੜਾ ਪਹਿਲਾਂ ਆ ਗਿਆ ਖ ਖੇ ਨਾਲ ਕਿਹੜਾ ਸ਼ੁਰੂ ਹੁੰਦਾ ਖੇਸਕਾ ਠੀਕ ਹੈ ਫਿਰ ਆ ਗਿਆ ਤ ਤਤਾ ਥੱਥਾ ਠੀਕ ਹੈ ਇਹਦੇ ਵਿੱਚ ਵੇਖੋ ਤੱਤੇ ਵਾਲੇ ਦੋ ਵਰਡ ਹੈ ਇਹਦੇ ਵਿੱਚ ਤਤਾ ਤਰਾੜਾ ਠੀਕ ਹੈ ਇਹਦੇ ਵਿੱਚ ਤਤਾ ਤੇ ਰਾੜਾ ਹੁਣ ਵੇਖੋ ਇਹ ਤੱਤੇ ਤੇ ਰਾੜੇ ਦੇ ਵਿੱਚ ਕੋਈ ਮਾਤਰਾ ਨਹੀਂ ਲਿਖ ਇਹ ਮੁਕਤ ਹੈ ਠੀਕ ਹੈ ਤਾਂ ਜਿਹੜਾ ਤੱਤੇ ਬਿਹਾਰੀ ਤੇ ਰਾੜਾ ਹੈ ਨਾ ਇਹ ਹੈਗਾ ਇਹਦੇ ਨਾਲ ਮਾਤਰਾ ਲੱਗੀ ਹੈ ਤੁਹਾਨੂੰ ਪਤਾ ਹੈ ਕਿ ਪਹਿਲਾਂ ਸਿਹਾਰੀ ਆਉਂਦੀ ਹੈ ਤੇ ਫਿਰ ਬਿਹਾਰੀ ਆਉਂਦੀ ਹੈ ਤੁਸੀਂ ਕੀ ਲਿਖੋਗੇ ਤਰਸਨਾ ਲਿਖ ਲਿਆ ਤੇ ਫਿਰ ਤੀਜੇ ਨੰਬਰ ਤੇ ਤੁਸੀਂ ਦੇਖ ਲਿਆ ਤੀਰਤ ਹੁਣ ਵੇਖੋ ਬੇਟਾ ਖਖਾ ਵੀ ਹੋ ਗਿਆ ਤੱਤਾ ਵੀ ਹੋ ਗਿਆ ਹੁਣ ਤੱਤੇ ਤੋਂ ਬਾਅਦ ਕਿਹੜਾ ਵਰਡ ਆਂਦਾ ਥੱਥਾ ਆਂਦਾ ਨਾ ਠੀਕ ਹੈ ਤੱਤੇ ਤੋਂ ਬਾਅਦ ਕਿਹੜਾ ਵਰਡ ਆਂਦਾ ਥੱਥਾ ਆਂਦਾ ਥੱਥੇ ਨਾਲ ਮੈਚਿੰਗ ਕੋਈ ਵਰਡ ਹੈਗਾ ਨਹੀਂ ਹੈਗਾ ਉਹ ਸਿੰਗਲ ਵਰਡ ਆ ਥੱਥੇ ਨਾਲ ਤੁਸੀਂ ਲਿਖ ਲਿਆ ਥਰਮਾਮੀਟਰ ਠੀਕ ਹੈ ਅੱਗੇ ਥੱਥੇ ਤੋਂ ਬਾਅਦ ਆ ਜਾਂਦਾ ਤੁਹਾਡਾ ਦੱਦਾ ਦੱਦੇ ਨਾਲ ਵੇਖੋ ਮੈਚਿੰਗ ਕੋਈ ਵਰਡ ਹੈਗੇ ਨੇ ਦੋ ਵਰਡ ਨੇ ਦਸਤਾਰ ਵੀ ਹੈ ਤੇ ਦਰਬਾਰ ਵੀ ਹੈ ਹੁਣ ਤੁਸੀਂ ਬੇਟਾ ਵੇਖੋਗੇ ਦੱਦੇ ਤੇ ਪੂਰੇ ਤੁਸੀਂ ਲੈ ਲੇ ਠੀਕ ਹੈ ਅਗਲਾ ਵਰਡ ਸਸਾ ਹੈ ਤੇ ਦਰਬਾਰ ਦਾ ਅਗਲਾ ਵਰਡ ਹੈਗਾ ਰਾਰਾ ਹੁਣ ਤੁਸੀਂ ਵੇਖੋਗੇ ਕਿ ਜਿਹੜਾ ਸਸਾ ਵਾ ਉਹ ਕਿੰਨੇ ਨੰਬਰ ਤੇ ਆਉਂਦਾ ਤੁਸੀਂ ਧਿਆਨ ਨਾਲ ਵੇਖਿਆ ਤੇ ਵੇਖਿਆ ਕਿ ਊੜੇ ਵਰਗ ਵਿੱਚ ਜਿਹੜਾ ਸਸਾ ਹੈ ਚੌਥੇ ਨੰਬਰ ਵਿੱਚ ਆਉਂਦਾ ਹੈ ਤੇ ਜਿਹੜਾ ਰਾਰਾ ਹੈ ਰਾਰਾ ਕਿਹੜੇ ਵਰਗ ਵਿੱਚ ਆਉਂਦਾ ਹੈ ਇਹ ਤੇ ਬੜਾ ਪਿੱਛੇ ਜੀ ਆ ਜਾਂਦਾ ਹੈ ਯਈਏ ਵਰਗ ਵਿੱਚ ਆ ਜਾਂਦਾ ਹੈ ਯਈਆ ਰਾਰਾ ਠੀਕ ਹੈ ਇਸ ਕਰਕੇ ਤੁਸੀਂ ਪਹਿਲਾਂ ਦਸਤਾਰ ਲਿਖਿਆ ਤੇ ਫਿਰ ਤੁਸੀਂ ਦਰਬਾਰ ਲਿਖਿਆ ਠੀਕ ਹੈ ਬੇਟਾ ਇਸ ਤਰ੍ਹਾਂ ਜਿਹੜਾ ਇਹ ਵਾਲਾ ਲੈਸਨ ਹੈ ਇਹ ਸਿਰਫ ਡਿਪੈਂਡ ਹੈਗਾ 35 ਤੇ ਤੇ ਲਗਾ ਮਾਤਰਾ ਦੇ ਤੇ ਬੇਟਾ ਇਹਨੇ ਤੁਹਾਡੇ ਸੇਵ ਕਰ ਦਿੰਨੇ ਨੇ ਤਿੰਨ ਨੰਬਰ ਜੇ ਤੁਸੀਂ ਅੱਛੀ ਤਰ੍ਹਾਂ ਸਮਝ ਲਓ ਤੇ ਇਹ ਤੁਹਾਡੇ ਸੇ ਨੰਬਰ ਜਿਹੜੇ ਨੇ ਸੋਲਵ ਹੋ ਗਏ ਨੇ ਠੀਕ ਹੈ ਸੋਰੀ ਤਿੰਨ ਦਾ ਨੰਬਰ ਛੇ ਤੇ ਤੁਹਾਨੂੰ ਵਰਡ ਆਨੇ ਨੇ ਅੱਦੇ-ਅੱਦੇ ਠੀਕ ਹੈ ਤੇ ਇਹ ਤੁਹਾਡੇ ਤਿੰਨ ਨੰਬਰ ਜਿਹੜੇ ਨੇ ਰੈਡੀ ਹੋ ਗਏ ਨੇ ਤੇ ਬੇਟਾ ਜਦੋਂ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਵੀ ਚੀਜ਼ ਸਮਝਣ ਵਾਸਤੇ ਤੁਸੀਂ ਮੈਸੇਜ ਕਰ ਲਿਆ ਕਰੋ ਠੀਕ ਹੈ ਤੇ ਮੈਂ ਤੁਹਾਡਾ ਮੈਸੇਜ ਪਰਦੇ ਸਰ ਜੀ ਤੇ ਮੈਂ ਬੀਜੀ ਹੋਈ ਤੇ ਫਿਰ ਇੱਕ ਦਿਨ ਲੱਗ ਜਾਏਗਾ ਤੇ ਜੇ ਬਾਈ ਚਾਂਸ ਮੇਰੇ ਕੋਲ ਟਾਈਮ ਹੋਇਆ ਤਾਂ ਮੈਂ ਤੁਹਾਡੀ ਉਸੇ ਵਲੇ ਮਤਲਬ ਪੰਜਾਬੀ ਹੈ ਬੇਟਾ ਇਹਦੇ ਵਿੱਚ ਮੈਨੂੰ ਲਿਖਣਾ ਪੈਂਦਾ ਵਾ ਠੀਕ ਹੈ ਟਾਈਪ ਕਰਨਾ ਪੈਂਦਾ ਥੋੜਾ ਤੇ ਇਸ ਕਰਕੇ ਟਾਈਮ ਲੱਗ ਜਾਂਦਾ ਫਿਰ ਮੈਂ ਕੋਸ਼ਿਸ਼ ਕਰਾਂਗੀ ਕਿ ਤੁਹਾਡੇ ਮੈਸੇਜ ਪਰਦੇ ਅਗਲੇ ਦਿਨ ਤੁਹਾਡੀ ਵੀਡੀਓ ਜਿਹੜੀ ਪਾਜੇ ਕਰੇਗੀ ਠੀਕ ਹੈ ਤੇ ਬੇਟਾ ਨੈਕਸਟ ਵੀਡੀਓ 'ਚ ਮਿਲਦੇ ਹਾਂ ਟੇਕ ਕੇਅਰ